ਭਾਈ ਲਈ ਛਾਤੀ ਤੇ ਖਾ ਗਿਆ ਵੈਰੀਆਂ ਦੀਆਂ ਗੋਲੀਆਂ। ਵੇਖੋ ਕਿਵੇਂ ਛੋਟੀ ਜਿਹੀ ਗੱਲ ਪਿੱਛੇ ਇਸ ਸਿੰਘ ਦੀ ਗਈ ਜਾਨ। ਤਾਂ ਦੱਸ ਦਈਏ ਕਿ ਗੱਡੀ ਦੀ ਸਾਈਡ ਨੂੰ ਲੈ ਕੇ ਕੁਝ ਸ਼ਰਾਬੀਆਂ ਦੀ ਗੁਰਪ੍ਰੀਤ ਅਤੇ ਮਨਜਿੰਦਰ ਦੇ ਨਾਲ ਝੜਪ ਹੋ ਗਈ, ਜਿਸ ਦੇ ਵਿੱਚ ਇਹਨਾਂ ਸ਼ਰਾਬੀਆਂ ਨੇ ਗੋਲੀ ਮਾਰ ਕੇ ਇਸ ਸਿੰਘ ਮਨਜਿੰਦਰ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਜਦਕਿ ਇਸਦਾ ਭਰਾ ਗੁਰਪ੍ਰੀਤ ਇਸ ਵਾਰਦਾਤ ਦੇ ਵਿੱਚ ਗੰਭੀਰ ਜ਼ਖਮੀ ਹੋ ਜਾਂਦਾ ਹੈ। ਤਾਂ ਦੱਸ ਦਈਏ ਕਿ ਮਾਮਲਾ ਜਲੰਧਰ ਦੇ ਕਰਤਾਰਪੁਰ ਤੋਂ ਸਾਹਮਣੇ ਆਇਆ, ਜਿੱਥੇ ਗੁਰਪ੍ਰੀਤ ਆਪਣੇ ਭਰਾ ਮਨਜਿੰਦਰ ਦੇ ਨਾਲ ਟਰੈਕਟਰ ਤੇ ਜਾ ਰਿਹਾ ਸੀ। ਤਾਂ ਰਸਤੇ ਦੇ ਵਿੱਚ ਕੁਝ ਸ਼ਰਾਬੀ ਨਸ਼ੇ ਦੀ ਹਾਲਤ ਦੇ ਵਿੱਚ ਗੱਡੀ ਨੂੰ ਉੱਥੇ ਲਗਾ ਕੇ ਖੜੇ ਸੀ ਤੇ ਬੀਅਰ ਪੀ ਰਹੇ ਸੀ। ਜਿਸ ਤੋਂ ਬਾਅਦ ਗੁਰਪ੍ਰੀਤ ਨੇ ਇਹਨਾਂ ਨੂੰ ਗੱਡੀ ਨੂੰ ਸਾਈਡ ਕਰਨ ਤੇ ਕਿਹਾ, ਤਾਂ ਇਹਨਾਂ ਨੇ ਉਸਦੇ ਨਾਲ ਬਦਸਲੂਕੀ ਕਰਨੀ ਸ਼ੁਰੂ ਕਰ ਦਿੱਤੀ। ਫਿਰ ਇਹ ਸਾਰੇ ਸ਼ਰਾਬੀ ਇਕੱਠੇ ਹੋ ਕੇ ਉਸਦੇ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੰਦੇ। ਤਾਂ ਜਦੋਂ ਇਹ ਸਿੰਘ ਆਪਣੇ ਭਰਾ ਨੂੰ ਬਚਾਉਣ ਦੇ ਲਈ ਆਉਂਦਾ ਹੈ, ਤਾਂ ਇਹਨਾਂ ਦੇ ਵਿੱਚੋਂ ਇੱਕ ਪਿਸਟਲ ਕੱਢਦਾ ਹੈ ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੰਦਾ ਹੈ, ਜਿਸ ਦੇ ਵਿੱਚ ਗੋਲੀਆਂ ਇਸ ਸਿੰਘ ਦੇ ਛਾਤੀ ਤੇ ਵੱਜਦੀਆਂ ਨੇ ਤੇ ਇਸਦੀ ਮੌਤ ਹੋ ਜਾਂਦੀ ਹੈ। ਜਦਕਿ ਇਸਦਾ ਭਰਾ ਗੁਰਪ੍ਰੀਤ ਦੀ ਹਾਲਤ ਹਾਲੇ ਵੀ ਨਾਜ਼ੁਕ ਬਣੀ ਹੋਈ ਹੈ ਤੇ ਹਮਲਾਵਰ ਮੌਕੇ ਤੋਂ ਫਰਾਰ ਹੋ ਜਾਂਦੇ ਨੇ। ਤਾਂ ਵੱਡੀ ਵਾਰਦਾਤ ਹੋਈ ਹੈ ਜਿੱਥੇ ਗੋਲੀਆਂ ਮਾਰ ਕੇ ਇਸ ਸਿੰਘ ਨੂੰ ਇਹਨਾਂ ਸ਼ਰਾਬੀਆਂ ਦੇ ਵੱਲੋਂ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਤਾਂ ਆਪਣੇ ਭਰਾ ਨੂੰ ਬਚਾਉਂਦੇ ਹੋਏ ਇਹ ਆਪਣੀ ਜਾਨ ਕੁਰਬਾਨ ਕਰ ਗਿਆ। ਤਾਂ ਦੱਸ ਦਈਏ ਕਿ ਦੋਨੇ ਭਰਾ ਟਰੈਕਟਰ ਤੇ ਸਵਾਰ ਹੋ ਕੇ ਘਰ ਵੱਲ ਆ ਰਹੇ ਸੀ, ਤਾਂ ਰਸਤੇ ਦੇ ਵਿੱਚ ਇਹ ਸ਼ਰਾਬੀ ਗੱਡੀ ਲਾ ਕੇ ਖੜੇ ਸੀ, ਤਾਂ ਉਹਨਾਂ ਨੂੰ ਸਾਈਡ ਕਰਨ ਨੂੰ ਕਿਹਾ ਸੀ, ਤਾਂ ਇਹਨਾਂ ਦੇ ਵੱਲੋਂ ਫਿਰ ਬਦਸਲੂਕੀ ਕਰਨੀ ਸ਼ੁਰੂ ਕਰ ਦਿੱਤੀ। ਤਾਂ ਇਸ ਨੌਜਵਾਨ ਦੇ ਜਦ ਭਰਾ ਨੂੰ ਇਹ ਕੁੱਟ ਰਹੇ ਸੀ, ਤਾਂ ਇਹ ਸਿੰਘ ਆਪਣੇ ਭਰਾ ਨੂੰ ਬਚਾਉਣ ਦੇ ਲਈ ਆਉਂਦਾ ਹੈ, ਤਾਂ ਉਹਨਾਂ ਦੇ ਵੱਲੋਂ ਇਸ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਜਿਸ ਤੋਂ ਬਾਅਦ ਇਹ ਮਾਮਲਾ ਪੁਲਿਸ ਦੇ ਕੋਲ ਪਹੁੰਚਦਾ ਹੈ ਤੇ ਹੁਣ ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ।